ਗਵੰਦ ਮਾਂਜੀ ਦੀ ਸਰਕਾਰ ਤੋਂ ਮੈਂ ਵੱਡੀ ਵੱਡੀ ਉਮੀਦ ਨਾਲ ਆਇਆ ਆ ਕਿ ਮੈਨੂੰ ਮੈਨੂੰ ਇਸ ਸਮੇਂ ਨੌਕਰੀ ਮਿਲੂਗੀ ਜਿਸ ਦੇ ਕਾਰਨ ਕਰੋਨਾ ਮਹਾਮਾਰੀ ਦੇ ਦਿਨਾਂ 'ਚ ਮੈਂ ਬਹੁਤ ਗਰੀਬੀ ਵੇਖੀ ਆ ਭੁੱਖੇ ਢਿੱਡੇ ਵੀ ਸੁੱਤੇ ਆ ਤੇ ਆਪਣੇ ਬੱਚਿਆਂ ਨੂੰ ਤਰਸਦੇ ਵੀ ਵੇਖਿਆ ਕਿ ਕਿਤੇ ਇੱਕ ਬੇਟਾ ਜੀ ਮੇਰਾ 8 ਸਾਲ ਦਾ ਹੋ ਗਿਆ ਤਿੰਨਾ ਤਿੰਨਾ ਮਹੀਨਿਆਂ ਦਾ ਹੀ ਛੋਟਾ ਜਿਹਾ ਜਦੋਂ ਮੇਰੀ ਭੈਣ ਲੈ ਗਈ ਪਾਲਣ ਲਈ ਤੇ ਅਸਤਗ ਉਹਨਾਂ ਕੋਲ ਹੀ ਆ ਥੋੜਾ ਜਿਹਾ ਬੱਚਾ ਦੂਰ ਹੋਵੇ ਤਾਂ ਬੜੀ ਖੇਚ ਹੁੰਦੀ ਆ ਕਿ ਕਿਤੇ ਨਾ ਕਿਤੇ ਮੇਰਾ ਬੱਚਾ ਕਿਤੇ ਦੂਰ ਨਿਕਲ ਗਿਆ ਪਰ ਤੁਸੀਂ ਕਹਿ ਰਹੇ ਕਿ ਇੰਨਾ ਚਿਰ ਮੈਂ ਆਪਣੇ ਇਹਨਾਂ ਦੀ ਸਿਸਟਰ ਕੋ ਰਿਆ ਹਾਂ ਹਾਂਜੀ ਬਹੁਤ ਜ਼ਿਆਦਾ ਔਖੇ ਦੇਣੇ ਆਪਣੇ ਬੱਚੇ ਨੂੰ ਪਿਆਰ ਕਰਦੇ ਨਵੀਂ ਸਰਕਾਰ ਦੇ ਉੱਪਰ ਕਈ ਲੋਕਾਂ ਨੇ ਉਮੀਦਾਂ ਲਾਈਆਂ ਹੋਈਆਂ ਨੇ ਕਿ ਸਾਨੂੰ ਕਿਤੇ ਨਾ ਕਿਤੇ ਨੌਕਰੀ ਮਿਲੇਗੀ ਕਿਉਂਕਿ ਭਗਵੰਤ ਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਸੀ 50000 ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ ਉੱਥੇ ਇੱਕ ਨੌਜਵਾਨ ਜਿਹੜਾ ਸਾਨੂੰ ਮਿਲਿਆ ਜਿਹਦੇ ਵੱਲੋਂ ਕਿ ਫਾਰਮ ਭਰੇ ਗਏ ਕਿਤੇ ਨਾ ਕਿਤੇ ਆਸ ਜਗਾ ਗਈ ਆ ਕਿ ਕਿਤੇ ਨਾ ਕਿਤੇ ਸਾਨੂੰ ਨੌਕਰੀ ਮਿਲੇਗੀ ਤੇ ਸਾਡੇ ਘਰ ਦੀ ਗਰੀਬੀ ਦੂਰ ਹੋਵੇਗੀ ਜੇਕਰ ਕੋਈ ਹੈਂਡੀਕੈਪ ਪਰਿਵਾਰ ਹੈ ਤੇ ਕਿਦਾਂ ਹੈ ਇਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਦੇ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਸਟੇਟਾਂ ਦੇ ਉੱਪਰ ਤੇ ਜਦੋਂ ਵਾਦੇ ਕਿਤਨਾ ਕਿਤੇ ਖੋਖਲੇ ਜਮੀਨੀ ਪੱਧਰ ਤੇ ਦਿਖ ਰਹੇ ਸਨ ਤੇ ਇੱਕ ਕਰਕੇ ਹੁਣ ਨਵੀਂ ਸਰਕਾਰ ਦੇ ਉੱਪਰ ਨਵੀਂ ਜਿਹੜੀ ਵਿਜ਼ਾਰਤ ਆਈ ਆ ਉਹਦੇ ਦੇ ਉੱਤੇ ਇਹਨਾਂ ਦੀ ਉਮੀਦਾਂ ਟਿਕੀਆਂ ਹੋਈਆਂ ਭਗਵੰਤ ਜੀ ਇਹਨਾਂ ਦੇ ਵੱਲ ਜਿੱਦਾਂ ਲਾਂਹ ਕੀਤਾ ਗਿਆ ਭਗਵੰਤ ਜੀ ਦੇ ਵੱਲ 5000 ਨੌਕਰੀਆਂ ਉਦੋਂ ਹੀ ਇਹਨਾਂ ਦੇ ਵੱਲੋਂ ਫਾਰਮ ਭਰੇ ਗਏ ਤੇ ਹੁਣ ਜਿਹੜਾ ਕਿ ਦਫ਼ਤਰ ਦੇ ਵਿੱਚ ਪਹੁੰਚੇ ਨੇ ਪੁੱਛੇ ਵਾਤੇ ਗੱਲਬਾਤ ਕਰਦੇ ਨੇ ਕਿ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਸੀ ਉਸ ਤੋਂ ਪਹਿਲਾਂ ਨਾਲ ਦੋਨੋਂ ਮੀਆਂ ਬੀਬੀ ਸਾਡੇ ਨਾਲ ਸਰ ਕੀ ਨਾਮ ਹੈ ਜਸਪਾਲ ਸਿੰਘ ਜਸਪਾਲ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਆਪਾਂ ਜੰਡੇਆਲੇ ਕੋਲ ਪਿੰਡ ਬਟਾਲੀ ਡੋਗ ਮਨ ਵਾਲੇ ਦੇ ਕੋਲ ਸਰ ਕਿਦਾ ਦੇਖ ਰਹੇ ਹੋ ਨਵੀਂ ਸਰਕਾਰ ਨਵੀਂ ਵਿਜਾਰਤ ਦੇ ਵਿੱਚ ਐਲਾਨ ਵੱਡਾ ਕੀਤਾ ਗਿਆ 50000 ਨੌਕਰੀਆਂ ਕੀ ਅਸਲੀ ਤੀ ਜੀ ਇਸ ਸਮੇਂ ਨਵੀਂ ਸਰਕਾਰ ਨੂੰ ਇਹਨਾਂ ਨੇ ਬੜੇ ਵੱਡੇ ਵਾਅਦਾ ਕੀਤਾ 50000 ਨੌਕਰੀਆਂ ਕੱਢਣ ਦਾ ਇਹਦੇ 'ਚ ਮੈਂ ਵੀ ਇੱਕ ਹੈਗਾ ਮੈਨੂੰ ਮੈਂ ਬੜੀ ਵੱਡੀ ਆਸ ਨਾਲ ਪਹੁੰਚਾ ਇੱਥੇ ਕਿ ਇਸ ਵਾਰ ਮੈਨੂੰ ਵੀ ਨੌਕਰੀ ਮਿਲੂਗੀ ਪਹਿਲਾਂ ਦੀਆਂ ਸਰਕਾਰਾਂ ਤੇ ਐਵੇਂ ਰਹੀਆਂ ਬਹੁਤ ਮੈਂ ਥੱਕੇ ਖਾਦੇ 40 ਸਾਲ ਹੋ ਬਰੋਗੀ ਆ ਮੇਰੀ ਤੇ ਅਜ ਤੱਕ ਮੇਰਾ ਕੁਛ ਨਹੀਂ ਕੀਤਾ ਗਿਆ ਘਰ ਦਾ ਫਿਰ ਗੁਜ਼ਾਰਾ ਕਿਦਾ ਚੱਲਦਾ ਸੀ ਪਹਿਲਾਂ ਸਰ ਪਹਿਲਾਂ ਤੋਂ ਮੈਂ ਲੋਕਡਾਊਨ ਤੋਂ ਪਹਿਲਾਂ ਟੇਲਰ ਦਾ ਕੰਮ ਕਰਦਾ ਸੀ ਉਸ ਤੋਂ ਕਰੋਨਾ ਮਹਾਮਾਰੀ ਦੇ ਕਾਰਨ ਸਾਰੇ ਕੰਮ ਠੱਪ ਹੋ ਗਏ ਜਿਸ ਦੇ ਕਾਰਨ ਕਰੋਨਾ ਮਹਾਮਾਰੀ ਦੇ ਦਿਨਾਂ 'ਚ ਮੈਂ ਬਹੁਤ ਗਰੀਬੀ ਵੇਖੀ ਆ ਭੁੱਖੇ ਢਿੱਡ ਵੀ ਸੁੱਤੇ ਆ ਤੇ ਆਪਣੇ ਬੱਚਿਆਂ ਨੂੰ ਤਰਸਦੇ ਵੀ ਵੇਖਿਆ ਉਸ ਸਮੇਂ ਆਪਣੇ ਆਪ ਤੋਂ ਜ਼ਿੰਦਗੀ ਤੋਂ ਖਿੱਚ ਚੜਦੀ ਹੀ ਤਾਂ ਰੋਣਾ ਵੀ ਆਉਂਦਾ ਏ ਕਿ ਮੈਂ ਮੈਂ ਕੁਝ ਨਹੀਂ ਕਰ ਸਕਣ ਡਿਆ ਤੇ ਇਸ ਸਮੇਂ ਭਗਵੰਦ 마ਜੀ ਦੀ ਸਰਕਾਰ ਤੋਂ ਮੈਂ ਵੱਡੀ ਵੱਡੀ ਉਮੀਦ ਨਾਲ ਆਇਆ ਆ ਕਿ ਮੈਨੂੰ ਮੈਨੂੰ ਇਸ ਸਮੇਂ ਨੌਕਰੀ ਮਿਲੂਗੀ ਇਹ ਪਹਿਲੀਆਂ ਸਰਕਾਰਾਂ ਤੇ ਇਹ ਸਰਕਾਰ ਚ ਕਿੰਨਾ ਫਰਕ ਵੇਖ ਰਹੇ ਤੁਸੀਂ ਜੀ ਬਹੁਤ ਵੱਡਾ ਫਰਕ ਹੈ ਜੀ ਜਿਵੇਂ ਪਹਿਲੀਆਂ ਸਰਕਾਰਾਂ ਤੇ ਖੋਖਲੇ ਕੰਮ ਹੀ ਖੋਖਲੀਆਂ ਗੱਲਾਂ ਹੈ ਹੁਣ ਤੇ ਨਵੇਂ ਆਮ ਆਦਮੀ ਕਹਾਂ ਨਾ ਤੇ ਅਪਹੀਂ ਵੀ ਆਮ ਹੀ ਆਦਮੀ ਆ ਤੇ ਆਮ ਆਦਮੀ ਤੋਂ ਹੀ ਆਸ ਰੱਖਦਾ ਮੈਂ ਕਿ ਮੈਨੂੰ ਨੌਕਰੀ ਜ਼ਰੂਰ ਮਿਲੇਗੀ ਬੱਚੇ ਕਿੰਨੇ ਟੱਡੇ ਇੱਕ ਬੇਟਾ ਜੀ ਮੇਰਾ 8 ਸਾਲ ਦਾ ਹੋ ਗਿਆ ਤਿੰਨਾ ਤਿੰਨਾ ਮਹੀਨਿਆਂ ਦਾ ਹੀ ਛੋਟਾ ਜਿਹਾ ਜਦੋਂ ਮੇਰੀ ਭੈਣ ਲੈ ਗਈ ਪਾਲਣ ਲਈ ਤੇ ਅਸਤਗ ਉਹਨਾਂ ਕੋਲ ਹੀ ਆ ਕਿਉਂਕਿ ਲੈਉਣ ਦੀ ਕੇਵਲ ਹਿੰਮਤ ਕਰਦਾ ਪਰ ਖਰਚਾ ਨਹੀਂ ਅਫੋਰਡ ਕਰ ਸਕਦਾ ਨਹੀਂ ਖਰਚਾ ਚੁੱਕਿਆ ਜਾਂਦਾ ਕਿਉਂਕਿ ਘਰ ਦਾ ਖਰਚਾ ਹੀ ਮੇਰੇ ਬੜੀ ਮੁਸ਼ਕਲ ਨਾਲ ਚੱਲਦਾ ਤੇ ਬੱਚਿਆਂ ਦਾ ਕਿੱਥੋਂ ਖਰਚਾ ਚੱਲੂਗਾ ਤੇ ਲੱਗਦਾ ਕਿ ਖਰਚੇ ਕਰਕੇ ਆਪਣੇ ਬੱਚੇ ਨੂੰ ਤੁਸੀਂ ਦੂਰ ਰੱਖਿਆ ਆਪਣੇ ਕਿ ਇੱਕ ਜਿਗਰਾ ਮੰਨਿਆ ਗਿਆ ਬੱਚਾ ਹੈ ਜੀ ਬਹੁਤ ਆਪਣੇ ਆਪ ਨੂੰ ਆਪਣੇ ਸੀਨੇ ਤੇ ਪੱਥਰ ਰੱਖ ਕੇ ਉਹਨੂੰ ਦੂਰ ਕੀਤਾ ਹੈ ਨਹੀਂ ਦਿਲ ਕਰਦਾ ਐਦਾਂ ਕਰਨ ਨੂੰ ਪਰ ਘਰ ਦਾ ਖਰਚਾ ਨਹੀਂ ਇੰਨਾ ਕਿ ਇਹ ਨੂੰ ਕੋਲ ਲਿਆ ਸਕੀਏ ਏ ਘਰ ਦੇ ਵਿੱਚ ਹੋਰ ਤੁਹਾਡੇ ਤੋਂ ਇਲਾਵਾ ਕੌਣ-ਕੌਣ ਹੈ ਸਾਡੇ ਤੋਂ ਇਲਾਵਾ ਮੇਰੇ ਭਰਾ ਹਨ ਤੈਨ ਮਿਲਦੇ ਵਤਨ ਮੇਰੇ ਫਾਦਰ ਸਾਹਿਬ ਆ ਪਰ ਅੱਜ ਦੇ ਸਮੇਂ 'ਚ ਕੌਣ ਕੇ ਇਹਨੂੰ ਦਿੰਦਾ ਹੈ ਫਾਦਰ ਸਾਹਿਬ ਵੀ ਬਜ਼ੁਰਗ ਹੋ ਗਏ ਤੇ ਨਹੀਂ ਕੁਝ ਕਰ ਸਕਦੇ ਉਹ ਵੀ ਹੁਣ ਬਿਲਕੁਲ ਜੀ ਉਹਨਾਂ ਦੀ ਇਹ ਪਤਨੀ ਵੀ ਸਾਡੇ ਨਾਲ ਗੱਲਬਾਤ ਕਰਦੇ ਆ ਜੀ ਕੀ ਨਾਮ ਹੈ ਜੀ ਸਿਮਰਜੀਤ ਕੌਰ ਸਿਮਰ ਜੀ ਜੀ ਕਿੰਨੀ ਆਸ ਹੋਈ ਹੈ ਨਵੀਂ ਸਰਕਾਰ ਦੇ ਉੱਤੇ ਨਵੀਂ ਸਰਕਾਰ ਤੋਂ ਤਾਂ ਬਹੁਤ ਜ਼ਿਆਦਾ ਆਸ ਹੈ ਭਾਜੀ ਕਿ ਸਾਡੀ ਜਰੂਰ ਸੁਣੂਗੀ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਤਾਂ ਸਾਡੀ ਨਹੀਂ ਸੁਣੀ ਲਾਰਿਆ ਚ ਰੱਖਿਆ ਐਤ ਕਿ ਨਵੀਂ ਸਰਕਾਰ ਤੋਂ ਹੀ ਬਹੁਤ ਜ਼ਿਆਦਾ ਆਸ ਕਰਦੇ ਆ ਕਿ ਸਾਡੀ ਗਰੀਬੀ ਸ਼ਾਇਦ ਕੱਢ ਦੇਣ ਲੱਗਦਾ ਕਿ ਪਹਿਲੇ ਇਹ ਘਰ ਦਾ ਫਿਰ ਖਰਚਾ ਕਿਦਾ ਚੱਲਦਾ ਰਿਹਾ ਟਾਡਾ ਕਿ ਬੱਚਾ ਵੀ ਤੁਹਾਡੇ ਤੋਂ ਦੂਰ ਰੱਖਿਆ ਆਪਣੇ ਤੋਂ ਹਾਂਜੀ ਖਰਚਾ ਐਦਾਂ ਹੀ ਮੇਰੇ ਪਤੀ ਹੋਟਲ ਤੇ ਲੱਗੇ ਨੇ ਤੇ ਲੈ ਆਉਂਦੇ ਥੋੜਾ ਬੋਤਾ ਫਿਰ ਉਸੇ ਹਿਸਾਬ ਨਾਲ ਰੋਟੀ ਪਾਣੀ ਬਣਾ ਕੇ ਖਾ ਲਈਦਾ ਜਿੰਨੀ ਕਮਦ ਨੇ ਉਹਨਾਂ ਖਾ ਲਈਦਾ ਕਹਿੰਦੇ ਮਾਂ ਤੋਂ ਥੋੜਾ ਜਿਹਾ ਬੱਚਾ ਦੂਰ ਹੋਵੇ ਤਾਂ ਬੜੀ ਖੇਚ ਹੁੰਦੀ ਆ ਕਿ ਕਿਤੇ ਨਾ ਕਿਤੇ ਮੇਰਾ ਬੱਚਾ ਕਿਤੇ ਦੂਰ ਨਿਕਲ ਗਿਆ ਪਰ ਤੁਸੀਂ ਕਹਿ ਰਹੇ ਕਿ ਇੰਨਾ ਚਿਰ ਮੈਂ ਆਪਣੀ ਇਹਨਾਂ ਦੀ ਸਿਸਟਰ ਕੋਲ ਰਿਆ ਬੱਚਾ ਹਾਂਜੀ ਬਹੁਤ ਜ਼ਿਆਦਾ ਔਖੇ ਦੇਣੇ ਆਪਣੇ ਬੱਚੇ ਤੋਂ ਵਗੈਰ ਕੱਢਨੇ ਇਹ ਤੇ ਇੱਕ ਮਨ ਵੀ ਪਤਾ ਹੋ ਸਕਦਾ ਭਾਜੀ ਕਿ ਕਿ ਭੁੱਖੇ ਵੀ ਸੋਣਾ ਪਿਆ ਹਾਂਜੀ ਕੀ ਹੁਣ ਜਗੀ ਉਮੀਦ ਆ ਗਈ ਹੈ ਹਾਂਜੀ ਤੇ ਹੁਣ ਲੱਗਿਆ ਤਰਸਉਂਦਾ ਕਿ ਜ਼ਿੰਦਗੀ ਕਿਦਾਂ ਦੀ ਸਾਡੀ ਹੋ ਗਈ ਹਾਂਜੀ ਬਿਲਕੁਲ ਦੇਖ ਸਕਦੇ ਕਿ ਹੰਝੂ ਅੱਖਾਂ ਦੇ ਵਿੱਚ ਆ ਗਏ ਨੇ ਕਿਤਰ ਕਿਤੇ ਉਹਨਾਂ ਉਮੀਦ ਹੀ ਜਾਗੀ ਆ ਕਿਤਨਾ ਕਿਤੇ ਸਰਕਾਰ ਦੇ ਅੱਗੇ ਕਿ ਕਿਤਨਾ ਕਿਤੇ ਜੇ ਮੇਰੇ ਪਤੀ ਨੂੰ ਨੌਕਰੀ ਮਿਲ ਜਾਂਦੀ ਆ ਤੇ ਕਿਤਨਾ ਕਿਤੇ ਸਾਡੇ ਘਰ ਦਾ ਜਿਹੜੀ ਗਰੀਬੀ ਉਹ ਦੂਰ ਹੋ ਸਕਦੀ ਆ ਤੇ ਮੈਂ ਵੀ ਆਪਣੇ ਬੱਚੇ ਨੂੰ ਆਪਣੇ ਕੋਲ ਲਿਆ ਕੇ ਰੱਖ ਸਕਾਂ ਕਿ ਜਿਹੜਾ ਬੱਚੇ ਨੂੰ ਸਕੂਲ ਭੇਜ ਸਕਾਂ ਆਪਣੇ ਘਰ ਦੀ ਜਿਹੜੀ ਗਰੀਬੀ ਆ ਉਹ ਦੂਰ ਕਰ ਸਕਦਾ ਇਸ ਕਰਕੇ ਭਗਵੰਤ ਮਾਨ ਜੋ ਨਵੇਂ ਸੀਐਮ ਆਮ ਪਾਰਟੀ ਦੇ ਨੇ ਉਹਨਾਂ ਦੇ ਅੱਗੇ ਸਰਕਾਰ ਦੇਗੇ ਅਪੀਲ ਕੀਤੀ ਗਈ ਕਿ ਜਿਹੜੀ ਬੰਦੀ ਨੌਕਰੀ ਆ ਉਹ ਵੀ ਮੈਨੂੰ ਦਿੱਤੀ ਜਾਵੇ ਕਿਉਂਕਿ ਆਸ ਇਹਨਾਂ ਨੂੰ ਹੈ ਕਿਉਂਕਿ ਇਹਨਾਂ ਨੇ ਫਾਰਮ ਭਰੇ ਨੇ ਇਸ ਕਰਕੇ ਕਿ ਇਹਨਾਂ ਦੇ ਵੱਲ ਇਹ ਹੀ ਗੱਲ ਕਹੀ ਜਾ ਰਹੀ ਆ ਕਾਫੀ ਉਮੀਦਾਂ ਲੈ ਕੇ ਅਸੀਂ ਇਹ ਫਾਰਮ ਭਰਿਆ ਸੀ ਕਿ ਕਿਤੇ ਆਮ ਪਾਰਟੀ ਆਮ ਲੋਕਾਂ ਦੀ ਇਹ ਪਾਰਟੀ ਆ ਇਸ ਕਰਕੇ ਕਿ ਸਾਨੂੰ ਉਮੀਦਾਂ ਨੇ ਕਿਤੇ ਨਾ ਕਿਤੇ ਸਾਨੂੰ ਵੀ ਨੌਕਰੀ ਮਿਲੇਗੀ ਕੈਮਰਾਮੈਨ ਜੈ ਰਾਮ ਦੇ ਨਾਲ ਮਨਜਿੰਦਰ ਸਿੰਘ ਸਕਰੋਲ ਪੰਜਾਬ ਅੰਮ੍ਰਿਤਸਰ